ਲੱਗਦਾ ਸ਼ਾਏ ਉਹ ਤੇਰੀ ਮੌਤ ਦੀ ਕਿਥ ਕਿਥ ਖਬਰ ਲਵਾ ਤੇਰੇ ਪੇਕੇ ਨਹੀਂ ਹੈ ਕੇ ਮੌਤ ਦੀ ਕਿਥ ਕਿਥ ਖਬਰ ਲਵਾ ਦੇ ਪੇਕੇ ਨਹੀਂ ਕਾਫੀ ਪੜ ਗਿਆ 5 ਮਿੰਟ ਮੇਰੇ ਪਾਸ ਵੇਖਣਾ ਕੱਚੀ ਵਾਲੇ ਬਜ਼ੁਰਗਾਂ ਦੇ ਦੋ ਜੁਮਲੇ ਸੁਣੋ 18 ਬਿਰਾਵਾਂ ਦੀ ਬੇਵਾਰਿਸ ਭੈਣ ਕੱਚੀ ਵਾਲੇ ਮੈਨੂੰ ਅੱਲਾ ਦੇ ਨਾਂ ਤੇ ਦੱਸੋ ਜਿਸ ਭੈਣ ਦੇ 18 ਬਿਰਾ ਹੋਵੇ ਉਹ ਭੈਣ ਹੀ ਬੇਵਾਰਿਸ ਹੁੰਦੀ ਹੈ ਕਿਸਮਤ ਅਲੀ ਦੀ ਧੀ ਦੀ ਕਾਇਨਾਤ ਦੇ ਅਮੀਰ ਅਲੀ ਦੀ ਸ਼ਰਮ ਵਾਲੀ ਧੀ ਅਕੀਲਤੁਲ ਕੁਰੈਸ਼ ਖਤੀਬ ਆਲ ਮੁਹੰਮਦ ਜ਼ੀਨਤ ਆਲ ਇਮਰਾਨ ਚਾਦਰ ਮਖਦੂਮ ਹੈ ਕੌਨੈਨ ਦੀ ਵਾਰਿਸ ਸ਼ਾਮ ਦੇ ਬਾਹਰੋਂ ਰੁਲ ਕੇ ਮਰ ਗਈ ਹੈ ਬੜਾ ਜਿਵੇਂ ਬਜ਼ੁਰਗ ਪੜਦੇ ਹਨ ਕਿਬਲਾ ਨੂਰੀ ਕਨਾਤ ਲੱਗੀ ਤੁਹਾਡਾ ਚੌਥਾ ਇਮਾਮ ਰਤ ਰੋਣ ਵਾਲਾ ਕੈਦੀ ਇਮਾਮ ਤੇ 5ਵਾਂ ਇਮਾਮ ਇਹ ਕੰਡ ਕਰਕੇ ਪਾਣੀ ਪੀ ਦਿੰਦੇ ਪਾਕਾਂ ਦੀ ਪਾਕ ਦਾ ਫਿਜ਼ਾ ਹੁਸਲ ਪੀ ਦਿੰਦੀ ਬਾਬਾ ਜੀ ਕੋਈ ਢਿੱਲ ਚ ਲੱਗੀ ਹੈ ਨਾ ਪਾਕਾਂ ਦੀ ਪਾਕ ਦਾ ਉੱਚਾ ਰੁਣੀ ਹੈ ਰੋ ਰੋ ਕੇ ਦੀਏ ਸਜਾਦ ਤੂੰ ਬਾਨੀ ਸ਼ਰੀਅਤ ਦਾ ਪੁੱਤਰ ਹੈ ਇੱਕ ਮਸਲਾ ਪੁੱਛਦੀ ਆ ਮੈਨੂੰ ਅੱਲਾ ਦੇ ਨਾਂ ਤੇ ਦੱਸ ਮਈਅਤ ਦਾ ਕੋਈ ਹਿੱਸਾ ਖੁਸ਼ਕ ਰਹਿ ਵੰਨੇ ਕਿਆ ਹੁਸਲ ਮੁਮਕਿਨ ਹੈ ਜਿਹੜੇ ਸੈਯਦ ਬੈਠੇ ਹੋ ਮੈਨੂੰ ਮਾਫ ਕਰਿਆ ਹੈ ਮੇਰਾ ਪਾਕ ਮੌਲਾ ਉੱਚਾ ਰੁਣਾ ਬਾਬਾ ਜੀ ਰੋ ਰੋ ਕੇ ਆਦਨ ਦਾਦੀ ਨਾ ਮੁਮਕਿਨ ਹੈ ਬੀਬੀ ਵੇਖ ਕੇ ਸਜਾ ਤੇਰੀ ਰੁਲ ਮੋਈ ਫੁੱਫੀ ਦੇ ਮੂੰਹ ਤੇ ਪਾਣੀ ਪੈਂਦੀ ਆ ਮਈਅਤ ਕੰਬ ਵੈਂਦਾ ਹੈ ਹੌਲ ਰਵਾਲਾਂ ਦੀ ਅੰਮਾ ਮੇਰੇ ਮੂੰਹ ਤੇ ਪਾਣੀ ਨਾ ਪਾ ਮੈਂ ਤੱਸੇ ਬਿਰਾ ਦੀ ਤੱਸੀ ਭੈਣਾ ਮੇਰਾ ਬਿਰਾ ਸ਼ਿਮਰ ਦੇ ਖੰਜਰ ਤਲੇ ਪਾਣੀ ਮੰਗਦਾ ਹੈ ਦੁਨੀਆ ਤੋਂ ਟੁੱਟ ਗਿਆ ਹੋ ਗਿਆ ਗੁਸਲ ਗੁਸਲ ਤੋਂ ਬਾਅਦ ਕਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਬੋਲੋ ਕੱਚੀ ਵਾਲੇ ਕਫਨ ਧੀਆਂ ਨੂੰ ਕਫਨ ਕੌਣ ਦਿੰਦਾ ਹੈ ਇਹ ਮੇਰੀਆਂ ਮਾਵਾਂ ਭੈਣਾਂ ਬਿਹਤਰ ਜਾਣਦੀ ਕੌਣ ਦਿੰਦਾ ਹੈ ਪੇਕੇ ਹੁਣੇ ਪੜ ਗਿਆ ਪੇਕੇ ਕੌਣ ਰਹਿ ਗਿਆ ਪਾਕ ਬਤੂਲ ਦੀ ਪਾਕ ਧੀ ਦਾ ਸ਼ਾਮ ਦੇ ਬਾਹਰੋਂ ਜਿਹਦਾ ਵੇਖ ਕਦੇ ਸੱਜਾ ਤੇ ਨਾ ਕਫਨ ਸੈਯਦ ਸਾਜਦੀਨ ਕਹਿ ਵੇਲੇ ਸੱਜੇ ਦੇ ਦਿਨ ਕਹਿ ਵੇਲੇ ਖੱਬੇ ਮਦੀਨੇ ਦੇ ਪਾਸੇ ਮੂੰਹ ਫਿਰ ਗਿਆ ਬਾਕਰ ਦੇ ਬਾਬੇ ਦਾ ਰੋ ਰੋ ਕੇ ਆਦਮ ਚਾਚਾ ਹਨਫੀਆ ਭੈਣ ਰੁਲ ਕੇ ਮਰ ਗਈ ਏ ਭੈਣ ਨੂੰ ਕਫਨ ਦੇ ਵੰਨੇ ਆ ਜਦੋਂ ਕੋਈ ਜਵਾਬ ਨਹੀਂ ਆਇਆ ਹੁਣ ਗੁਰਬਤ ਦੇਖੋ ਮਜ਼ਲੂਮੀ ਦੇਖੋ ਬਤੂਲ ਦੀ ਧੀ ਦੀ ਸਜਾਦ ਪੁਰਾਣੀ ਜਿਹੀ ਅਬਾ ਲਹਾ ਕੇ ਕੰਡ ਕਰਕੇ ਆਦਮ ਡਾਡੀ ਮੇਰੀ ਮਾਂ ਨੂੰ ਕਫਨ ਪਵਾ ਹੋ ਗਿਆ ਗੁਸਲ ਮਿਲ ਗਿਆ ਕਫਨ ਕੋਈ ਐਸਾ ਘਰ ਨਹੀਂ ਜਿਹੜਾ ਮੌਤ ਤੋਂ ਖਾਲੀ ਨਾ ਹੋਵੇ ਜਿਹਨੂੰ ਮੌਤ ਨਾ ਰੁਆਇਆ ਹੋਵੇ ਮਈਆ ਚਾਹਣ ਵਾਸਤੇ ਕਿਤਨੇ ਮਰਦਾਂ ਦੀ ਜ਼ਰੂਰਤ ਹੁੰਦੀ ਹੈ ਚਾਰ ਮਈਅਤ ਭਾਵੇਂ ਮਰਦ ਹੋਵੇ ਤੇ ਭਾਵੇਂ ਮਸਤੂਰ ਦਾ ਚਾਰ ਮਰਦਾਂ ਦੀ ਜ਼ਰੂਰਤ ਹੁੰਦੀ ਹੈ ਮੈਨੂੰ ਮੌਲਾ ਦੇ ਮੈਂਬਰ ਦੀ ਕਸਮ ਹੈ ਮੌਲਾ ਸੱਜਾਦ ਬਿਮਾਰੇ ਸਰਕਾਰੇ ਬਾਕਰ ਦਾ ਸਮ ਛੋਟੇ ਫਿਜ਼ਾ ਜ਼ਈਫ ਹੈ ਸੱਜਾਦ ਨੂੰ ਪਰੇਸ਼ਾਨ ਹਾਲਤ ਬਿਠਾ ਪਾਕ ਦੀ ਪਾਕ ਦਾਈ ਬੀਬੀ ਵੇਖ ਕੇ ਸੱਜਾਦ ਕਿਉਂ ਪਰੇਸ਼ਾਨ ਹੈ ਇਹ ਕੋਈ ਬੇਵਾਰਿਸ ਹੈ ਸੜ ਜਾਂਦੇ ਵਾਰ ਸਾਨੂੰ ਮੇਰੇ ਪਾਕ ਮੌਲਾ ਦੇ ਦੋਵੇਂ ਹੱਥ ਸਰ ਤੇ ਆ ਬਜ਼ੁਰਗਾ ਜਿਵੇਂ ਬਜ਼ੁਰਗ ਪੜਦੇ ਹਨ ਕਰਬਲਾ ਦੇ ਪਾਸੇ ਮੂੰਹ ਕਰਕੇ ਉੱਚਾ ਰੁਣਨਾ ਹੈ ਬਾਕਰ ਦਾ ਬਾ ਰੋ ਰੋ ਕੇ ਆਦਮ ਅਕਬਰ ਵੀਰ ਪਾਲਣ ਵਾਲੀ ਮਾਂ ਰੁਲ ਕੇ ਮਰ ਗਈ
ਸਾਡੇ ਨਾਲ ਮਾਲ ਮਈਆ ਚਵਾਵਾਂ ਕੋਈ ਜਵਾਬ ਨਹੀਂ ਆਇਆ ਦੂਜੀ ਅਕਲ ਮਾਰ ਕਿਆ ਦੇਣਾ ਮੇਰਾ ਅਲਮਾ ਵਾਲਾ ਚਾਚਾ ਜਾਂਦੇ ਦਰਵਾਜ਼ੇ ਤੇ ਪਾਰ ਲੈਂਦਾ ਵੇ ਭੇਰ ਰੁਲ ਕੇ ਮਰ ਗਈ ਏ ਕੱਚੀ ਵਾਲੇ ਉਤਰੀ ਜੀਏ ਦੇ ਅਕਲ ਮਾਰੀ ਏ ਸ਼ਹੀਦ ਆਲਮ ਦੀ ਮਜ਼ਾਰ ਫਟ ਗਈ ਏ ਰੋ ਰੋ ਕਿਆ ਦੇਣਾ ਮੇਰਾ ਕਰਬਲਾ ਦਾ ਤਸਬਾਬਾ ਉਹ ਮੇਰਾ ਮਜ਼ਲੂਮ ਬਾਬਾ ਉਹ ਮੇਰਾ ਗਰੀਬ ਬਾਬਾ ਹਿੱਸੇ ਦੀ ਭੇਣ ਰੁਲ ਕੇ ਮਰ ਗਈ ਏ ਸ਼ਬੀਰ ਕਮਰ ਲਗ ਬਹਿਰਾਏ ਜਿਹੜੇ ਜ਼ਹਿਰ ਬੈਠਣ ਗਵਾਈ ਦੇ ਸੇਨ ਸਜਿਓ ਅਲੀ ਅਕਬਰ ਦੀ ਮਜ਼ਾਰ ਖਬਿਓ ਸੋਹਣੇ ਅਸਗਰ ਦੀ ਮਜ਼ਾਰ ਹੁਸੈਨ ਝੁਕਦਾ ਝੁਕਦਾ ਅਕਬਰ ਦੇ ਰਖਮੀ ਸੀਨੇ ਤੇ ਬਹੁਤ ਸਦੇ ਕਿਆ ਦਿਨ ਉੱਠੀ ਛੋੜ ਮਜ਼ਾਰ ਹੁਣ ਸ਼ਾਮ ਵਜਾਏ ਉਹ ਮੇਰੇ ਨਾਨੇ ਦੀ ਤਸਵੀਰ ਉਹ ਤੇਰੇ ਪਾਲਣ ਵਾਲੀ ਮਰ ਗਈ ਏ ਦੁਖੀਆ ਦਾ ਬਜ਼ਾਰ ਅਦਬ ਸੁਣ ਕੇ ਰਵਾਂਦੇ ਦੀ ਮਾਤਮ ਕਰੋ ਯਾਰ ਜੀ ਜੀ ਬਾਬਾ ਜੀ ਜੀ ਨੌਕਰ ਇੱਕ ਬੱਚੇ ਰੋਂਦੇ ਆਲੀਆ ਸੈਨ ਦੇ ਬੁਰਕੇ ਨੂੰ ਮਖਦੂਮਾਂ ਦੀ ਗੁਰਬਤ ਬੱਚੇ ਮਾਤਮ ਕਰਕੇ ਰੋਂਦੇ ਪਏ ਬਜ਼ੁਰਗ ਨੇ ਪਰਦਿਆਂ ਨੂਰ ਦੀ ਅਮਾਰੀ ਲੱਥੀ ਏ ਪਹਿਲੇ ਪਹਿਲੇ ਵਾਰੀ ਏ ਸਜਾਦ ਮੈਂ ਮੁਹੰਮਦ ਵਤਵਾ ਰਹੀ ਮੈਂ ਅਲੀਆ ਵਤਵਾ ਰਹੀ ਮੈਂ ਹਸਨ ਅਚਾਨਕ ਵਾਲੇ ਅੱਗੇ ਆਉਣ ਵਾਲੇ ਅਮੀਰ ਐਨ ਮੈਂ ਕਰਬਲਾ ਦਾ ਗਰੀਬ ਕਫਨ ਲੈ ਬੰਨ ਖੁੱਲ ਗਏ ਦੋ ਹੱਥ ਬਹਿਰਾਏ ਆਵਾਜ਼ ਹੁਸੈਨ ਹੁਣ ਤਾਂ ਰੁਲ ਮਈ ਭੇਣ ਤੇਰਾ ਨੀ ਏ ਕੋਈ ਹੋਰ ਸ਼ਾਮ ਕੌਣ ਕੌਣ ਮਈਆ ਚਵਾਵਣ ਆਏ ਸਜਾਦ ਉਚਰਨਾ ਆਵਾਜ਼ ਨਾਨਾ ਮੁਹੰਮਦ ਆਏ ਬਾਬਾ ਲੀ ਵੀਰ ਹਸਨਾ ਐਨ ਉਹ ਅਕਬਰ ਤੇ ਉਹਨੂੰ ਮੁਹੰਮਦ ਤੇ ਕਾਸਮ ਰੋਂਦੇ ਪੈਣ ਮਈਤ ਕੰਬੀ ਆਵਾਜ਼ ਆਈ ਹੈ ਸਾਰੇ ਜੋ ਆਏ ਉਹ ਕਿਉਂ ਨਹੀਂ ਆਇਆ ਸੁਣ ਮੌਤ ਮੈਡੀ ਲਾ ਮਾਂ ਦੁਖੀਆਂ ਦਾ ਸੋਨਾ ਲਾ ਲੇ ਉਹ ਕਿਆ ਫਖਰ ਕੀਤਾ ਸੀ ਯਾਰ ਰਾਂਝ ਰਾਂਧੇ ਪਰਦੇਸਣ ਭੈਣ ਉਹ ਗਾਜ਼ੀ ਦੇ ਮੁਰੀਦ ਆਓ ਮਾਤਮ ਕਰੋ ਮਾਤਮ ਜੀ ਜੀ ਨੌਕਰ ਨੌਕਰ ਗੁਲਾਮ ਆ ਮੇਰੀ ਮਖਦੂਮਾ ਸੈਨ ਜੀ ਅੱਬਾਸ ਕੋਈ ਜਵਾਬ ਦਿੱਤਾ ਗਾਜ਼ੀ ਕਦਮ ਚੁੰਮਕੇ ਆ ਲੈ ਨਾਰਾਜ਼ ਨਾ ਹੋਵੇ ਮੈਂ ਨੌਕਰ ਦੇ ਉਹ ਲਜਪਾਲ ਦੀ ਧੀ ਲਜਪਾਲ ਉਹ ਤੇਰਾ ਮੈਂ ਵੀ ਮਈਆ ਤੇ ਚਵਾ ਵਹਾ ਹੋਂਦੇ ਬਾਜ਼ੂ ਮੈਡ ਓ ਮੈਂ ਹੱਥ ਮਲੇ ਨਾ ਡਰ ਗਈ ਓ ਮੈਨੂੰ ਬੈਰ ਬਰਾਦ ਚੁੱਪ ਗਾ ਗਈ ਓ ਮੈਨੂੰ ਦੱਸਿਆ ਓ ਬਾਜ਼ਾਰ ਚਾਦਰ ਕਿਵੇਂ ਮੰਗਦੀ ਗਈ